ਆਸਟ੍ਰੇਲੀਆ ਬਹੁਤ ਸਾਰੇ ਸਟੂਡੈਂਟ ਜਾਣਾ ਚਾਹੁੰਦੇ ਨੇ ਪਰ ਦਿਨੋਂ ਦਿਨ ਸਖਤੀ ਵੱਧ ਰਹੀ ਹੈ ਆਸਟ੍ਰੇਲੀਆ ਨੇ ਵੀ ਕੈਨੇਡਾ ਵਾਂਗ ਜਿਹੜੀ ਹੈ ਕੈਪਿੰਗ ਸ਼ੁਰੂ ਕਰ ਦਿੱਤੀ ਹੈ ਉਸ ਬਾਰੇ ਗੱਲ ਕਰਾਂਗੇ ਨਾਲ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਨਾਲ ਵੀਜ਼ਾ ਲੈ ਸਕਦੇ ਹੋ ਉਹ ਕਿਹੜੀ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟ ਨੇ ਜਿਹੜੇ ਅਪਲਾਈ ਕਰ ਸਕਦੇ ਐ ਇਸ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਪੁਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਮੇਰੇ ਨਾਲ ਨੇ ਕਨੈਕਟ ਓਵਰਸੀਜ਼ ਤੋਂ ਨਿਰਮਨ ਸਿੰਘ ਚਾਵਲਾ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਹੀ ਗੱਲ ਜੀ ਸਰ ਆਸਟ੍ਰੇਲੀਆ ਬਹੁਤ ਸਾਰੇ ਸਟੂਡੈਂਟ ਜਾਣਾ ਚਾਹੁੰਦੇ ਆ ਪਰ ਇੱਕ ਨਿਊਜ਼ ਹੈ ਇਹ ਅੱਜ ਦੀ ਨਿਊਜ਼ ਹੈ ਹੁਣੇ ਸਰ ਨੇ ਦਿਖਾਈ ਆ ਤੁਸੀਂ ਦੇਖ ਸਕਦੇ ਹੋ ਅਸੀਂ ਵੈਸੇ ਫਲੈਸ਼ ਵੀ ਸਕਰੀਨ ਦੇ ਉੱਤੇ ਕਰ ਦਵਾਂਗੇ ਕਿ ਤਕਰੀਬਨ 40% ਸਟੂਡੈਂਟ ਹੀ ਜਿਹੜਾ ਆਸਟ੍ਰੇਲੀਆ ਇਸ ਵਾਰ ਜਿਹੜਾ ਉਹਨਾਂ ਨੂੰ ਇੰਟਰਨ ਟੇਨ ਕਰੂਗਾ ਜਾਂ ਐਡਮਿਸ਼ਨ ਦਊ ਵਿਜ਼ਾ ਦਊਗਾ ਤੇ ਇਸ ਬਾਰੇ ਪੂਰੀ ਡਿਟੇਲ ਦੇ ਵਿੱਚ ਇੱਕ ਵਾਰੀ ਸਰ ਤੋਂ ਜਾਣਕਾਰੀ ਲੈਣੇ ਆ ਸਰ ਕੀ ਹੈਗੀ ਆ ਨਿਊਜ਼ ਇਹ ਔਰ ਕਿਵੇਂ ਸਟੂਡੈਂਟ ਨੂੰ ਪ੍ਰਭਾਵਿਤ ਕਰੂਗਾ ਅਹ ਦੇਖੋ ਜੀ ਨੰਬਰਸ ਨੂੰ ਕਾਫੀ ਪ੍ਰਭਾਵਿਤ ਕਰੇਗੀ ਕਾਫੀ ਇਫੈਕਟ ਕਰੇਗੀ ਹੋਇਆ ਕੀ ਹੈਗਾ ਕਿ ਇਹਨਾਂ ਨੇ ਸੈਨਟ ਨੇ ਡਿਕਲੇਅਰ ਕੀਤਾ ਫੈਡਰਲ ਗਵਰਨਮੈਂਟ ਨੇ ਅੱਜ ਡਿਕਲੇਅਰ ਕੀਤਾ ਹੈ ਕਿ 40% ਸਟੂਡੈਂਟ ਲੈਣਗੇ ਉਹ ਕੈਪ ਲਾਤੀ ਹੈ ਉਹ ਵੀ ਨੰਬਰ ਐਸ ਪਰ 2019 ਦੇ ਮੁਤਾਬਿਕ ਜਿੰਨਾ ਸਟੂਡੈਂਟ 2019 ਦੇ ਅੰਦਰ ਗਿਆ ਸੀਗਾ ਉਹਦੇ ਸਾਧਨ ਸਿਰਫ 40% ਸਟੂਡੈਂਟ ਲੈਣਗੇ 40% ਇੰਟਰਨੈਸ਼ਨਲ ਸਟੂਡੈਂਟ ਔਰ ਮੈਂ ਸਟੂਡੈਂਟਸ ਔਰ ਆਪਣੇ ਕਲਾਇੰਟਸ ਨੂੰ ਇਹ ਦੱਸਣਾ ਚਾਹੁੰਗਾ ਮੈਂ ਜਦ ਇੰਟਰਨੈਟ ਸਟੂਡੈਂਟ ਦੀ ਗੱਲ ਕਰ ਰਿਹਾ ਕੱਲ ਇੰਡੀਆ ਦੀ ਨਹੀਂ ਗੱਲ ਕਰ ਰਿਹਾ ਆਈ ਐਮ ਟਾਕਿੰਗ ਫਰੋਮ 올 ਅਕਰੋਸ ਦੀ ਗਲੋਬ ਸਾਰੇ ਵਰਲਡ ਤੋਂ ਸੋ ਦੈਟ ਮੀਨਸ ਇੰਡੀਅਨ ਸਟੂਡੈਂਟਸ ਨੂੰ ਵੀ ਕਾਫੀ ਇਫੈਕਟ ਪਏਗਾ ਥਿਸ ਦੇ ਕਾਰਨ ਮੈਂ ਸਟੂਡੈਂਟ ਨੂੰ ਇਹ ਕਹਿਣਾ ਚਾਹਾਂਗਾ ਫਟਾਫਟ ਆਪਣੇ ਆਈਐਲਟਸ ਕਰੋ ਤੇ ਜਲਦੀ એનਰੋਲਮੈਂਟਸ ਕਰਾਓ ਜੀਟੀ ਜਲਦੀ ਪਾਸ ਤੇ ਵੀਜ਼ਾ ਕਰਾਓ ਐਨ ਹੋਏ ਕਿ ਤੁਸੀਂ ਆਪਣਾ ਅਗਰ ਆਈਐਲਟਸ ਲੇਟ ਕੀਤਾ ਪੀਟੀ ਲੇਟ ਕੀਤਾ ਐਡਮਿਸ਼ਨ ਲੈਟਰ ਤੇ ਆ ਗਈ ਬਟ ਐਂਡ ਮੂਮੈਂਟ ਤੇ ਯੂਨੀਵਰਸਿਟੀ ਸੀਓਈ ਨਹੀਂ ਇਸ਼ੂ ਕਰ ਪਾਈ ਤੋਨੋ ਕਨਫਰਮੇਸ਼ਨ ਰੋਲ ਮੈਂਡ ਇ ਉਹਨਾਂ ਕੋਲ ਸੀਟਾਂ ਮੁੱਕ ਗਈਆਂ ਸੀਟਾਂ ਘਟ ਗਈਆਂ ਸੋ ਮੇਜਰਲੀ ਜਿਹੜੀ ਯੂਨੀਵਰਸਿਟੀ ਇਫੈਕਟ ਹੋਣੀ ਹੈ ਸਿਟੀ ਦੀ ਯੂਨੀਵਰਸਿਟੀ ਇਫੈਕਟ ਹੋਏਗੀ ਨਾਟ ਰੀਜਨਲ ਤੇ ਨਾਲ ਦੇ ਨਾਲ ਸਰ ਇਹ ਕਦੋਂ ਤੋਂ ਜਿਹੜੀ ਐਪਲੀਕੈਂਟ ਹੋਊਗੀ ਇਹ ਗੱਲ ਆ ਇੱਕ ਜਨਵਰੀ ਜਿਵੇਂ ਇਹਨਾਂ ਲਿਖਿਆ ਇੱਕ ਜਨਵਰੀ 2025 ਤੋਂ ਜਾਂ ਹੁਣ ਤੋਂ ਹੀ ਜਿਹੜਾ ਇਸ ਤਰੀਕੇ ਦੇ ਨਾਲ ਹੀ ਸਟੂਡੈਂਟ ਨੂੰ ਇਨਟਰੇਨ ਕੀਤਾ ਜਾ ਵੈਸੇ ਤਾਂ ਪਹਿਲਾਂ ਹੀ ਆਸਟ੍ਰੇਲੀਆ ਘਟਾ ਹਣਾ ਆ ਪਲਵਿੰਦਰ ਲਿਖਿਆ 1 1 ਜਨਵਰੀ 2025 ਦਾ ਹੈਗਾ ਸੋ ਸਾਡਾ ਜਿਹੜਾ ਸੈਸ਼ਨ ਹੈ ਹੀ ਫ फेब्रुवारी 2025 ਦਾ ਸੋ ਦੈਟ ਮੀਨਸ ਅੱਜ ਤੋਂ ਹੀ ਇਫੈਕਟ ਪੈ ਗਿਆ ਸੋ ਐਨੀ ਕੈਪ ਜਨਵਰੀ ਤੋਂ 2025 ਤੋਂ ਬਾਅਦ ਸਟੂਡੈਂਟ ਦਾ ਕੱਟ ਲੈਣੀ ਸ਼ੁਰੂ ਕਰਨਗੇ ਅੱਜ ਤੋਂ ਹੀ ਤੁਸੀਂ ਸੋਝ ਲਓ ਅੱਜ ਤੋਂ ਹੀ ਕੈਪ ਲੱਗੀ ਹੈ ਐਂਡ ਬਟ ਔਨ ਦੀ ਅਦਰ ਹੈਂਡ देयर इज सम ਗੁੱਡ ਨਿਊਜ਼ ਆਲਸੋ ਮੈਂ ਪ੍ਰਵਿੰਦ ਸ਼ੇਅਰ ਕਰਨਾ ਚਾਹ ਰਿਹਾ ਹਾਂ ਆਪਣੇ ਕਲਾਇੰਟਸ ਨਾਲ ਗੁੱਡ ਨਿਊਜ਼ ਇਜ਼ ਦੈਟ ਲਾਸਟ ਮੰਥ ਅਪਰੂਵਲ ਰੇਟ ਵਧ ਗਿਆ ਸੋ ਅਪਰੂਵਲ ਰੇਟ ਐਸ ਕੰਪੇਅਰ ਟੂ ਅਪ੍ਰੈਲ ਮੇ ਜੂਨ ਲਾਸਟ ਮੰਥ ਦਾ ਅਪਰੂਵਲ ਰੇਟ ਬਹੁਤ ਅੱਛਾ ਆਇਆ ਐਂਡ ਜੋ ਸਾਨੂੰ ਸੁਣਨ ਚ ਆ ਰਿਹਾ ਐਂਡ ਅਸੀਂ ਦੇਖਾਂਗੇ ਵੀ ਜ਼ਰੂਰ ਫॉर ਸ਼ੋ ਥੈਟ ਕਮਿੰਗ ਟਾਈਮ ਦੇ ਵਿੱਚ ਵੀਜ਼ਾ ਅਪਰੂਵਲ ਗ੍ਰਾਂਟ ਰੇਟ ਜ਼ਿਆਦਾ ਵਧੀਆ ਰਹੇਗਾ ਐਂਡ ਫॉर ਜੀਟੀ ਸਟੂਡੈਂਟ ਜੈਨੂਨ ਸਟੂਡੈਂਟਸ ਸੋ ਆ ਮੁੱਦਾ ਇਹ ਹੈਗਾ ਕਿ ਜੀਟੀ ਮੀਟ ਕਰਦੇ ਹੋ ਕਿ ਨਹੀਂ ਕਰਦੇ ਉਹਦੇ ਵਾਸਤੇ ਤੁਹਾਨੂੰ ਸਾਡਾ ਸੰਪਰਕ ਕਰਨਾ ਪਏਗਾ ਸਾਡੇ ਆਫਿਸ ਆਣਾ ਪਏਗਾ ਅਸੀਂ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਸਕਦੇ ਹਾਂ ਅਗਰ ਤੁਸੀਂ ਜੀਟੀ ਦੇ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਮੀਟ ਕਰੋਗੇ ਤਾਂ ਹੀ ਤੁਸੀਂ ਅੱਗੇ ਪ੍ਰੋਸੀਡ ਕਰੋਗੇ ਅੱਜ ਦੀ ਡੇਟ ਵਿੱਚ ਆਸਟ੍ਰੇਲੀਆ ਨੇ ਦੋ ਸਿਸਟਮ ਨਾਤੇ ਇੱਕ ਹੈਗਾ ਕਿ ਦੈਟ ਸਟੂਡੈਂਟ ਅਕੈਡੈਮਿਕ ਸਟਰੋਂਗ ਹੈਗਾ ਉਹਨੂੰ ਐਡਮਿਸ਼ਨ ਮਿਲ ਗਈ ਦੂਜਾ ਕਿ ਤੁਹਾਡੇ ਪੇਰੈਂਟਸ ਕੀ ਫਾਈਨੈਂਸ਼ੀਅਲੀ ਐਲੀਜੀਬਲ ਹੈ ਤੁਹਾਨੂੰ ਸਪੋਰਟ ਕਰਨ ਵਾਸਤੇ ਉਹਦੇ ਇੱਕ ਅਲੱਗ ਹੀ ਸਟਰੀਮ ਅਲੱਗ ਹੀ ਰਿਕੁਆਇਰਮੈਂਟਸ ਆ ਚੁੱਕੀ ਹੈਗੀਆਂ ਉਹ ਅੰਡਰਸਟੈਂਡਿੰਗ ਤੁਸੀਂ ਕਰਨ ਵਾਸਤੇ ਆਫਿਸ ਵਿਜ਼ਿਟ ਕਰੋ ਟੈਲੀਫੋਨ ਤੇ ਉਹ ਤੁਹਾਨੂੰ ਅੰਡਰਸਟੈਂਡ ਨਹੀਂ ਹੋਣਾ ਬਿਲਕੁਲ ਆਪਾਂ ਗੱਲ ਕਰ ਰਹੇ ਆ ਆਸਟ੍ਰੇਲੀਆ ਦੀ ਜਿਹੜੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਆ ਜਦੋਂ ਤੱਕ ਸਟੂਡੈਂਟ ਨੇ ਵੀ ਜਿਹੜੇ ਕਹਿੰਦੇ ਅਸੀਂ ਕੈਨੇਡਾ ਵੀ ਨਹੀਂ ਜਾਣਾ ਯੂਕੇ ਵੀ ਨਹੀਂ ਜਾਣਾ ਅਸੀਂ ਆਸਟ੍ਰੇਲੀਆ ਜਾਣਾ ਤਾਂ ਆਸਟ੍ਰੇਲੀਆ ਜਾਣ ਦੇ ਲਈ ਇੱਕ ਨਵੀਂ ਖਬਰ ਹੈ ਕਿ ਤਕਰੀਬਨ ਕੈਨੇਡਾ ਵਾਂਗ ਹੀ ਕੈਪਿੰਗ ਜਿਹੜੀ ਹੈ ਇੱਕ ਆਸਟ੍ਰੇਲੀਆ ਨੇ ਵੀ ਲਾ ਦਿੱਤੀ ਹੈ ਜਨਵਰੀ 2025 ਤੋਂ ਜਿਹੜੀ ਐਪਲੀਕੈਂਟ ਹੋਊਗੀ ਕਿ ਜਿਹੜੇ ਵੀ ਬੱਚੇ ਸਿਰਫ 40% ਸਟੂਡੈਂਟ ਨੂੰ ਹੀ ਵੀਜ਼ਾ ਮਿਲੇਗਾ ਯਾਨੀ ਕਿ 2019 ਤੋਂ ਜਿਵੇਂ 100% ਸਟੂਡੈਂਟ ਗਏ ਆ ਤਾਂ ਉਸ ਦਾ ਯਾਨੀ ਕਿ ਅੱਧੇ ਤੋਂ ਵੀ ਘੱਟ ਜਿਹੜਾ ਹੈਗਾ ਉਹਨਾਂ ਨੇ ਵੀਜ਼ੇ ਦੇਣੇ ਆ 50% ਤੋਂ ਵੀ ਘੱਟ ਲੋਕਾਂ ਨੂੰ ਜਿਹੜੇ ਵੀਜ਼ੇ ਮਿਲਨੇ ਆ ਸਖਤੀ ਪਹਿਲਾਂ ਹੀ ਬਹੁਤ ਹੈ ਪਰ ਫਿਰ ਵੀ ਜੇਕਰ ਜਿਹੜੇ ਵੀ ਸਟੂਡੈਂਟ ਨੇ ਆਸਟ੍ਰੇਲੀਆ ਜਾਣ ਦੇ ਲਈ ਕੋਈ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਆ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ ਹੈ ਤੁਹਾਡੀ ਪ੍ਰੋਫਾਈਲ ਕੀ ਹੈ ਤਾਂ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਨਰਮਲ ਚਾਵਲਾ ਸਰ ਦਾ ਬਹੁਤ ਹੀ ਲੰਬਾ ਐਕਸਪੀਰੀਅੰਸ ਹੈ ਖਾਸ ਤੌਰ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਨੂੰ ਲੈ ਕੇ ਹੀ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 17 ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਤੁਸੀਂ ਮਿਲ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਵੇਂ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਸਰ ਵੈਸੇ ਕੀ ਕਾਰਨ ਰਹਿੰਦਾ ਹੈ ਕਿ ਇਸ ਤਰ੍ਹਾਂ ਦੀ ਕੈਪਿੰਗ ਪਹਿਲਾਂ ਕੈਨੇਡਾ ਨੇ ਤੇ ਹੁਣ ਆਸਟ੍ਰੇਲੀਆ ਨੇ ਵੀ ਜਿਹੜੀ ਸ਼ੁਰੂ ਕੀਤੀ ਹੈ ਆ ਆ ਉਸ ਤੇ ਉਸ ਤੇ ਕਾਫੀ ਕਾਰ ਰਹੇ ਹਾਂ ਪਰ ਪਹਿਲੇ ਬਲਵਿੰਦਰ ਜੀ ਮੈਂ ਤੁਹਾਡੇ ਤੁਸੀਂ ਜੋ ਗੱਲ ਕਹੀ ਹੈ ਉਹਨੂੰ ਥੋੜਾ ਜਿਹਾ ਕਲੈਰੀਫਾਈ ਕਰਨਾ ਚਾ ਰਿਹਾ ਹਾਂ ਹਮ ਵੀਜ਼ਾ ਅਪਰੂਵਲ 80 ਤੋਂ 90% ਆ ਜਾਏਗਾ ਕੈਪਿੰਗ ਕਨਫਰਮੇਸ਼ਨ ਰੋਲਮੈਂਟ ਹੈ ਇਨਰੋਲਮੈਂਟ ਸੇ ਆਏਗੀ ਕੈਪਿੰਗ ਸੋ ਇਹਦਾ ਕਾਰਨ ਕੈਪਿੰਗ ਦਾ ਕਾਰਨ ਬੜਾ ਸਿੰਪਲ ਹੈ ਇੱਕ ਤੇ ਉਹਨਾਂ ਦੀ ਹਾਊਸਿੰਗ ਦੀ ਪ੍ਰੋਬਲਮ ਆ ਰਹੀ ਹੈ ਐਂਡ ਰੈਂਟਲਸ ਕਾਫੀ ਇਨਕਰੀਜ਼ ਹੋ ਗਏ ਸੋ ਜਿਹੜੇ ਡੋਮੈਸਟਿਕ ਉਹਨਾਂ ਦੇ ਰੈਜ਼ੀਡੈਂਟਸ ਹੈਗੇ ਦੇ ਫੀਲ ਦੈਟ ਉਹਨਾਂ ਦੀ ਜੌਬਸ ਵੀ ਜਾ ਰਹੀ ਹੈ ਐਂਡ ਸੋ ਉਹਨਾਂ ਰੈਂਟ ਵੀ ਮਹਿੰਗੇ ਹੋ ਰਹੇ ਹਨ ਪ੍ਰੋਪਰਟੀ ਦੇ ਪ੍ਰਾਈਸਸ ਮਹਿੰਗੇ ਹੋ ਰਹੇ ਹਨ ਸੈਕੰਡਲੀ ਜੋ ਮੇਜਰ ਰੀਜ਼ਨ ਹੈ ਵੀ ਹੋਇਆ ਕਿ ਜਿਹਨੇ ਬੱਚੇ ਜਾ ਰਹੇ ਸਾਡੇ ਸਕਿੱਲ ਨਹੀਂ ਹੈ ਐਂਡ ਸਕਿੱਲ ਸਿੱਖਣਾ ਨਹੀਂ ਚਾਹ ਰਹੇ ਏਵਰੀ ਕੰਟਰੀ ਚਾਹ ਉਹ ਕੈਨੇਡਾ ਚਾਹ ਆਸਟ੍ਰੇਲੀਆ ਉਹ ਸਟੂਡੈਂਟ ਨੂੰ ਸਕਿੱਲ ਸਟੂਡੈਂਟ ਚਾਹੁੰਦੇ ਹਨ ਸੋ ਬੱਚੇ ਜਿਹੜੇ ਇੱਥੇ ਸਾਡੇ ਕੋਲ 12ਵੀਂ ਪਾਸ ਕਰਦੇ ਨੇ ਦੇ ਸ਼ੁੱਡ ਐਡ ਆਨ ਟੂ देयर ਸਕਿੱਲਸ ਐਂਡ ਸੈਕੰਡਲੀ ਉਹਨਾਂ ਨੂੰ ਉੱਥੇ ਜਾ ਕੇ ਪੜ੍ਹਨਾ ਬੜਾ ਜ਼ਰੂਰੀ ਹੈ ਦੇਖਿਆ ਗਿਆ ਫ फेब्रुवारी 2023 ਤੋਂ ਬਾਅਦ ਸਾਰੀ ਪ੍ਰੋਬਲਮ ਸ਼ੁਰੂ ਹੋਈ ਹੈ ਜਿਹੜੇ ਬੱਚੇ ਗਏ ਸੀਗੇ ਉਹ ਯੂਨੀਵਰਸਿਟੀਆਂ ਨਹੀਂ ਜੁਆਇਨ ਕੀਤੇ ਸੀ ਉਸ ਤੋਂ ਬਾਅਦ ਇਹ ਪ੍ਰੋਬਲਮ ਸ਼ੁਰੂ ਹੋਈ ਐਂਡ ਦੀ ਮੇਜਰ ਸਟੂਡੈਂਟਸ ਜਿਹੜੇ ਨਹੀਂ ਜੁਆਇਨ ਕੀਤੇ ਯੂਨੀਵਰਸਿਟੀ ਉਸੇ ਕੀ ਹਰਿਆਣਾ ਐਂਡ ਪੰਜਾਬ ਹਰਿਆਣਾ ਨੰਬਰ 1 ਸੀਗਾ ਜਿਸ ਦਾ ਮੇਜਰਲੀ ਕਾਫੀ ਸਟੂਡੈਂਟਸ ਨਹੀਂ ਜੁਆਇਨ ਕੀਤੇ ਯੂਨੀਵਰਸਿਟੀ ਤੇ ਸਰ ਜਿਹੜੇ ਬੱਚੇ ਹੁਣ ਜੈਨੂਇਨ ਪ੍ਰੋਫਾਈਲ ਤੁਸੀਂ ਕਿਨੂੰ ਮੰਨਦੇ ਹੋ ਜਿਹੜੇ ਆਸਟ੍ਰੇਲੀਆ ਇਸ ਟਾਈਮ ਅਪਲਾਈ ਕਰ ਲਾਣ ਔਰ ਵੀਜ਼ਾ ਆਉਣ ਦੇ ਕਾਫੀ ਚਾਂਸਸ ਉਹਨਾਂ ਦਾ ਹਾਈ ਸਕਸੈਸ ਰੇਟ ਰਵੇ ਕਿਹੜੇ ਕਿਹੜੀ ਕਿਹੜੀ ਪ੍ਰੋਫਾਈਲ ਇਸ ਤਰ੍ਹਾਂ ਦੀ ਹੈਗੀਆਂ ਸਰ ਪ੍ਰੋਫਾਈਲ ਅਗਰ ਤੁਹਾਡੇ 75% ਤੋਂ ਉੱਪਰ ਹੈ ਪੰਜ ਸਟੇਟ ਬੋਰਡ ਦੇ ਅੰਦਰ ਐਂਡ 17 ਉੱਪਰ ਸੀਬੀਐਸਸੀ ਬੋਰਡਸ ਹੈ ਇਸ ਤੋਂ ਇਲਾਵਾ ਤੁਹਾਡਾ ਆਇਲ ਜੰਦਰ 6.5 ਜਾਂ 6 ਓਵਰਾਲ ਹੈਗਾ ਥਰਡ ਜਿਹੜੀ ਚੀਜ਼ ਆ ਜਾਂਦੀ ਹੈ ਉਹ ਓਵਲ ਸਟੂਡੈਂਟ ਜੈਨੂਇਨ ਮੰਨੇ ਜਾਂਦੇ ਜਿਨ੍ਹਾਂ ਦੇ ਪੇਰੈਂਟਸ ਦੀ ਇਨਕਮ ਵਧੀਆ ਹੈ ਲੈਟਸ ਪੋਜ਼ ਪੈਰੈਂਟਰਲ ਇਨਕਮ 12 ਤੋਂ 15 ਲੱਖ ਰੁਪਏ ਹੈ ਐਨ ਆਈਟੀਆਰਸ ਪ੍ਰੋਪਰ ਪਰੀਆਂ ਨਾ ਰੈਗੂਲਰ ਪਰੀਆਂ ਹੋਈਆਂ ਸਿਰਫ ਨਾ ਸਿਰਫ ਆਈਟੀਆਰ ਬੱਚੇ ਨੂੰ ਬਾਅਦ ਪੇ ਜਨੋਂ ਸੇ ਨਾ ਪਰੀਆਂ ਇਕੱਠੀਆਂ ਦੋ ਇੱਕ ਇੱਕ ਦੋ ਇੱਕ ਸਾਲ ਦੇ ਵੀ ਦੋ ਰਿਟਰਨ ਆ ਸੋ ਪੈਰੈਂਟ ਜਿਹੜੇ ਬੱਚੇ 10ਵੀਂ ਜਾਂ 11ਵੀਂ ਚ ਪੜ ਰਹੇ ਉਹਨਾਂ ਦੇ ਪੈਰੈਂਟਸ ਆਪਣੀ ਆਈਟੀਆਰਸ ਇਨਕਮ ਟੈਕਸ ਰਿਟਰਨਸ ਟੀਮਲਾਈਨ ਕਰਨੀ ਚਾਹੀਦੀ ਹੈ ਸੈਕੰਡ ਦੇ ਸ਼ੁੱਡ ਬੀ ਇਨਕਮ ਟੈਕਸ ਪੇ ਦੇ ਸ਼ੁੱਡ ਨਾਟ ਬੀ ਕੇਬੀ 490 ਦੀ ਰਿਟਰਨ ਹੈ 499 ਦੀ ਰਿਟਰਨਸ ਐ ਸੋ ਮੋਸਟਲੀ ਦੇਖਿਆ ਗਿਆ ਹੈ ਪੈਰੈਂਟਸ ਟੈਕਸ ਨਹੀਂ ਪੇ ਕਰਦੇ 490 499 ਦੀ ਰਿਟਰਨ ਭਰ ਕੇ ਐਂਡ ਟੈਕਸ ਪੇਡ ਨਹੀਂ ਹੁੰਦਾ ਐਂਡ ਉਹਦੇ ਉਹਦੇ ਕੋਈ ਉਹਨਾਂ ਦਾ ਬਿਜ਼ਨਸ ਪ੍ਰੂਫ ਵੀ ਨਹੀਂ ਆਉਂਦਾ ਸੋ ਜਿਹੜੀ ਰੈਡ ਫਲੈਗ ਹੋਈ ਸੀ ਲਾਸਟ ਟਾਈਮ ਉਹ ਸੀਗਾ ਬੁਟੀਕ ਮਦਰ ਦੀ ਬੁਟੀਕ ਇਨਕਮ ਕਾਫੀ ਲੋਕਾਂ ਨੇ ਦਿਖਾਈ ਸੀ ਐਂਡ ਨਾ ਬੁਟੀਕ ਐਗਜ਼ਿਸਟ ਕਰਦਾ ਸੀ ਨਾ ਉਹਦਾ ਕੋਈ ਕਰੰਟ ਅਕਾਊਂਟ ਸੀ ਨਾ GST ਨੰਬਰ ਸੀ ਨਾ ਕੋਈ ਰੈਂਡ ਡੀਟ ਸੀ ਕਿ ਜਿੱਤੇ ਜੀ ਬੁਟੀਕ ਚੱਲ ਰਿਹਾ ਸੋ ਦੇ ਵਾਂਟ ਡਾਕੂਮੈਂਟੇਸ਼ਨ ਪ੍ਰੂਫ ਪ੍ਰੂਫ ਆਫ ਫੰਡਸ ਐਂਡ ਤੇਰੇ ਪੈਰੈਂਟਸ ਦੇ ਨਾਂ ਤੇ ਜ਼ਮੀਨ ਹੈ ਉਹ ਜਿਹੜੇ ਆਨਲਾਈਨ ਵਾਲੇ ਜੇ ਫਾਰਮ ਜ਼ਰੂਰ ਘਟਾਉਂਦੇ ਰਹਿਣ ਕਿਉਂਕਿ ਜਿਹੜੀ ਤੁਹਾਡੀ ਇਨਕਮ ਟੈਕਸ ਰਿਟਰਨ ਦੇ ਨਾਲ ਅਗਰ ਆਨਲਾਈਨ ਵਾਲੇ ਜੇ ਫਾਰਮਸ ਹੈਗੇ ਉਹ ਮੈਚ ਕਰਦੇ ਹੈਗੇ ਤੁਹਾਡੀ ਇਨਕਮ ਟੈਕਸ ਰਿਟਰਨ ਜੈਨੂਨ ਮੰਨੀ ਜਾਏਗੀ ਸੋ ਇਹ ਬੜਾ ਮਸਟ ਹੈ ਤੇ ਜਿਹੜੇ ਪੈਰੈਂਟ ਦੀ ਕਰਿਆਣਾ ਦੀ ਦੁਕਾਨ ਹੈ ਜਾਂ ਕੋਈ ਸ਼ਾਪ ਹੈ ਉਹਨਾਂ ਦਾ ਡੈਫੀਨਿਟਲੀ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਜਿਸ ਦਾ ਕੋਈ GST ਨੰਬਰ ਹੈ ਨਹੀਂ GST ਨੰਬਰ ਤੇ ਤੁਹਾਡੇ ਕੋਲ ਇਹ ਟਿਸ ਰੈਂਟਲ ਇਨਕਮ ਹੈ ਜਾਂ ਤੁਹਾਡੀ ਓਨਰਸ਼ਿਪ ਚੱਲ ਰਹੀ ਉਹਦਾ ਪ੍ਰੂਫ ਹੋਣਾ ਚਾਹੀਦਾ ਸੋ ਬੇਸਿਕਲੀ ਪ੍ਰੂਫ ਚਾਹੀਦੇ ਬਿਲਕੁਲ ਸਰ ਜਿਵੇਂ ਹੁਣ ਨੈਕਸਟ ਇਨਟੇਕ ਤੁਸੀਂ ਕਿਹਾ ਜਨਵਰੀ ਫ फेब्रुवारी 2025 ਹੈ ਜੀ ਹਾਂ ਜੀ ਕੀ ਉਸ ਤੋਂ ਪਹਿਲਾਂ ਵੀ ਕੋਈ ਇਨਟੇਕ ਹੁੰਦਾ ਹੈ ਵਿਚਾਰ ਆਊਗਾ ਜਾਂ ਕਿੰਨਾ ਟਾਈਮ ਹੈ ਜਿਹੜਾ ਲੱਗ ਜਾਂਦਾ ਵੀਜ਼ਾ ਨੂੰ ਕਿਉਂਕਿ ਉਹ ਬਹੁਤ ਲੰਮਾ ਸਮਾਂ ਹੈ ਉਸ ਦੇ ਲਈ ਹਾਂ ਜੀ ਆ ਦੇਖੋ ਪਲਵਿੰਦਰ ਇੱਕ ਛੋਟਾ ਜਿਹਾ ਸੈਸ਼ਨ ਆਉਂਦਾ ਨਵੰਬਰ ਦਾ ਜਦੇ ਵਿੱਚ ਮੇਜਰ ਕੋਰਸੇ ਨਹੀਂ ਹੁੰਦੇ ਬਟ ਕੋਰਸੇ ਰਿਲੇਟਡ ਟੂ ਬਿਜ਼ਨਸ ਆਈਟੀ ਰਿਲੇਟਡ ਕਾਫੀ ਕੋਰਸੇ ਮਿਲ ਜਾਣਗੇ ਸੋ ਬੱਚੇ ਅਗਰ ਇੱਥੇ ਜੁਆਇਨ ਕਰਨਾ ਚਾਹੁੰਦੇ ਆ ਦੇ ਆਰ ਮੋਦਰਨ ਵੈਲਕਮ ਜੜਕੁੱਲਾ ਹਾਲੀਵਿਨ ਕੰਟੈਕਟ ਚਾਹਸਦੇ ਨੰਬਰ ਸੈਸ਼ਨ ਹੈਲਪ ਕਰ ਸਕਦੇ ਆ ਐਂਡ ਇਸ ਤੋਂ ਬਾਅਦ ਜਿਹੜਾ ਫੈਬਰੀ ਸੈਸ਼ਨ ਹੈ ਉਹ ਮੇਜਰ ਇਨਟੇਕ ਹੁੰਦਾ ਜਿਸ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਇੰਜੀਨੀਅਰਿੰਗ ਦੇ ਸਾਰੇ ਕੋਰਸਸ ਅਵੇਲੇਬਲ ਆ ਤੇ ਬੱਚੇ ਆਪਣੇ ਜਿਹੜੇ ਕੋਰਸਸ ਆ ਆਪਣੀ ਸਟਰੀਮ ਦੇ ਨਾਲ ਚੂਜ਼ ਕਰਨਾ ਚਾਹੀਦਾ ਤੇ ਬਿਲਕੁਲ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕੋਰਸਸ ਦੀ ਹਨਾ ਕੋਰਸ ਸਿਲੈਕਸ਼ਨ ਕਰਨ ਮੇਰੇ ਔਰ ਕੰਟਰੀ ਸਿਲੈਕਸ਼ਨ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਨੂੰ ਕਰ ਲੈਣੀ ਚਾਹੀਦੀ ਹੈ ਖਾਸ ਤੌਰ ਤੇ ਏਰੀਆ ਮੈਲਬੌਰਨ ਸਿਡਨੀ ਜਾਂ ਪਰਤ ਕਿੱਥੇ ਸਟੂਡੈਂਟ ਨੂੰ ਜ਼ਿਆਦਾ ਪਹਿਲੀ ਗੱਲ ਤਾਂ ਇਸ ਟਾਈਮ ਦਾ ਵੀਜ਼ਾ ਲੈਣਾ ਹੀ ਔਖਾ ਹੈ ਹਨਾ ਕਿੱਥੋਂ ਦਾ ਕੋਈ ਇਸ ਤਰ੍ਹਾਂ ਦੀ ਏਰੀਆ ਹੈਗਾ ਜਿੱਥੇ ਵੀਜ਼ਾ ਸਕਸੈਸ ਰੇਟ ਥੋੜਾ ਜ਼ਿਆਦਾ ਹੋਵੇ ਕਿ ਨਾਰਮਲੀ ਸਟੂਡੈਂਟ ਦੀ ਪ੍ਰੋਫਾਈਲ ਤੇ ਹੀ ਜਿਹੜਾ ਡਿਪੈਂਡ ਕਰਦਾ ਹੈ ਦੇਖੋ ਆ ਸਟੂਡੈਂਟ ਦੀ ਪ੍ਰੋਫਾਈਲ ਬੜੀ ਇੰਪੋਰਟੈਂਟ ਹੈ ਫਾਈਨੈਂਸ਼ੀਅਲ ਪ੍ਰੋਫਾਈਲ ਬਹੁਤ ਇੰਪੋਰਟੈਂਟ ਹੈ ਇਸ ਤੋਂ ਬਾ ਉਹਦੇ ਵਿੱਚ ਡੈਫੀਨਿਟਲੀ ਜੀ ਮੈਂ ਝੂਠ ਨਹੀਂ ਬੋਲਾਂਗਾ ਲੈਵਲ 1 ਦੀ ਯੂਨੀਵਰਸਿਟੀ ਹੈ ਉਹਨੂੰ ਵੀਜ਼ਾ ਥੋੜਾ ਜਲਦੀ ਗ੍ਰਾਂਟ ਆ ਰਿਹਾ ਹੈ ਲੈਵਲ 2 ਦੀ ਯੂਨੀਵਰਸਿਟੀਜ਼ ਵੀਜ਼ਾ ਨੂੰ ਟਾਈਮ ਲੱਗ ਰਿਹਾ ਹੈ ਐਂਡ ਲੈਵਲ 3 ਦੀ ਯੂਨੀਵਰਸਿਟੀ ਕਰ ਕੋਈ ਹੈ ਇਸ ਟਾਈਮ ਮੇਰੇ ਕੋਲ ਸਾਰੀ ਲੈਵਲ 2 ਚ ਆ ਗਈ ਹੈ ਉਹਨਾਂ ਦੀ ਤਾਂ ਫਾਈਲ ਹੀ ਨਹੀਂ ਪਿਕ ਹੋ ਰਹੀ ਸੀ ਲਾਸਟ ਟਾਈਮ ਸੋ ਲੈਵਲ 1 ਯੂਨੀਵਰਸਿਟੀ ਲੈਵਲ 2 ਯੂਨੀਵਰਸਿਟੀ ਚ ਅਪਲਾਈ ਕਰੋ ਔਨ ਐਨ ਐਵਰੇਜ 2 ਮਹੀਨੇ ਵੀਜ਼ਾ ਨੂੰ ਲੱਗ ਰਹੇ ਹਨ ਸੋ ਤਾਂ ਹੀ ਅਸੀਂ बार-बार ਅਗੇਨ بار بار ਕਹਿ ਰਹੇ ਕਿ ਜਿਹੜੇ ਬੱਚੇ ਅਗਰ ਆਸਟ੍ਰੇਲੀਆ ਦਾ ਮਨ ਮਨਾ ਕੇ ਬੈਠੇ ਹਨ ਉਧੇ ਜਾ ਕੇ ਪੜ੍ਹ ਕੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੈਗੇ ਸੋ ਦੇ ਸ਼ੁਡ ਅਪਲਾਈ ਨਾਓ ਹੁਨੇ ਆਪਣੀ ਐਪਲੀਕੇਸ਼ਨ ਸਟਾਰਟ ਕਰਨ ਉਹਨੇ ਆਪਣਾ IELTS ਤੇ PTE ਫਾੜਾ ਫੜ ਕਰਨ ਐਂਡ ਬੱਚੇ ਜਿਹੜੇ IELTS ਤੇ PTE ਜਿਹੜੇ ਬੱਚੇ ਕਰਨ ਉਹਨਾਂ ਦੇ ਪੇਰੈਂਟਸ ਦੇ ਸ਼ੁਡ ਕਮ ਐਂਡ ਮੀਟ ਅਸ ਹੁਣ ਮੈਂ ਨੈਕਸਟ ਥਿਸ ਸੈਟਰਡੇ ਮੈਂ ਜਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਐਂਡ ਪਲਵਿੰਦਰ ਜੀ ਤੁਸੀਂ ਸੁਣ ਕੇ ਹੈਰਾਨ ਹੋਗੇ ਮੇਰੇ ਕੋਲ ਘੱਟੋ ਘੱਟ 5 ਜਾਂ 6 ਅਪਾਇੰਟਮੈਂਟਸ ਪੈਰੈਂਟਸ ਜਿਹੜੇ ਕਿ ਸਿਰਫ ਆਪਣੇ ਇਨਕਮ ਟੈਕਸ ਡਾਕੂਮੈਂਟ ਦਿਖਾਣ ਆ ਰਹੇ ਕਿਉਂਕਿ ਅਗਰ ਕੋਈ ਐਮੈਂਡਮੈਂਟ ਕਰਨੀ ਇਨਕਮ ਟੈਕਸ ਡਾਕੂਮੈਂਟੇਸ਼ਨ ਦੇ ਵਿੱਚ ਜਾਂ ਕੋਈ ਚੇਂजेस ਕਰਨੇ ਉਹ ਦਿਸ ਇਜ਼ ది ਰਾਈਟ ਟਾਈਮ ਤੁਸੀਂ ਰਿਵਾਈਜ਼ ਕਰਾ ਸਕਦੇ ਹੋ ਆਪਣੀ ਰਿਟਰਨਸ ਪ੍ਰੂਫ ਜਿਹੜੇ ਬਣਾਨੇ ਪ੍ਰੂਫ ਬਣਾ ਸਕਦੇ ਹੋ ਜਿੱਦਾਂ ਮੈਂ ਪਹਿਲੇ ਕਿਹਾ ਅਗਰ ਤੁਹਾਡੀ ਅਗਰ ਐਗਰੀਕਲਚਰ ਇਨਕਮ ਹੈ ਜੇ ਫਾਰਮ ਹੈ ਕਈ ਪੈਰੈਂਟਸ ਦੇ ਕੋਲ ਹੁੰਦੀ ਹੈ ਡੈਰੀ ਫਾਰਮ ਦੇ ਇਨਕਮ ਨਾ ਅਗਰ ਤੁਹਾਡੇ ਪੈਰੈਂਟ ਡੈਰੀ ਫਾਰਮ ਚਲਾ ਰਹੇ ਜਨੂਅਲੀ ਚਲਾ ਰਹੇ ਦੁੱਧ ਆ ਕਰਕੇ ਦੇ ਵੇਰਕਾ ਪਾ ਰਹੇ ਜਾਂ ਕਿਸੇ ਕਿ ਜੇ ਸਪਲਾਈ ਕਰੇ ਉਹਨਾਂ ਦੇ ਉਹ ਪ੍ਰੂਫ ਹੋਣੇ ਚਾਹੀਦੇ ਉਹਨਾਂ ਦੀ ਜਿਹੜੀ ਪੇਮੈਂਟਸ ਹੈ ਅਕਾਊਂਟ 'ਚ ਆਉਣੀ ਚਾਹੀਦੀਆਂ ਪਲੱਸ ਵੈਟੇਨਰੀ ਡਾਕਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਕਿ ਵੀ ਵਾਕਈ ਤੁਹਾਡੇ ਕੋਲ ਗਾਵਾਂ ਮੱਝਾਂ ਹੈਗੀਆਂ ਤੇ ਸਿਰਫ ਸਿਰਫ ਨਾ ਸਿਰਫ ਇੱਕ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਲਿਖਾਇਆ ਹੋਇਆ ਸੋ ਪ੍ਰੂਫ ਇਜ਼ ਮਸਟ ਐਂਡ ਜਿਹੜੇ ਪੇਰੈਂਟਸ ਦੇ ਗਵਰਨਮੈਂਟ ਜੌਬ ਚਾਹੁੰਦੇ ਆ ਉਸ ਤੋਂ ਬਹੁਤ ਈਜ਼ੀ ਹੈ ਫਾਰਮ 16 ਮਿਲ ਜਾਂਦਾ ਹੈਗਾ ਐਂਡ ਜਿਹੜੇ ਪੇਰੈਂਟਸ ਵੈਸੇ ਸੈਲਰੀ ਲੈ ਰਹੇ ਉਹਨਾਂ ਦੇ ਅਕਾਊਂਟ ਸੈਲਰੀ 'ਚ ਆ ਜਾਂਦੀ ਹੈ ਸੋ ਜਿਹੜੇ ਬੱਚੇ 2024 ਪਾਸ ਆਊਟ ਹੈ ਦੇ ਸ਼ੁੱਡ ਟ੍ਰਾਈ ਫਾਰ ਫੈਬਰੂਰੀ 2025 ਸੈਸ਼ਨ ਫॉर ਸ਼ੋਰ ਹਮ ਬਿਲਕੁਲ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ ਤੁਹਾਡੇ ਲਈ ਮੌਕਾ ਹੈਗਾ ਕੈਪਿੰਗ ਔਨ ਹੈ ਔਰ ਫਰਵਰੀ ਜਿਵੇਂ ਆਪਾਂ ਕਹਿ ਸਕਦੇ ਆ ਫਰਵਰੀ ਇਨਟੇਕ 2025 ਲਈ ਤਾਂ ਬਹੁਤ ਮੁਸ਼ਕਲ ਹੋ ਜਾਣੀ ਹੈ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਜਾ ਸਕਦੇ ਹੋ ਸਿਰਫ 40% ਸਟੂਡੈਂਟ ਨੂੰ ਜਿਹੜਾ ਵੀਜ਼ਾ ਮਿਲਣਾ ਹੈ 60% ਉਹਨਾਂ ਨੇ ਕੱਟ ਲਾ ਦਿੱਤਾ ਹੈ ਔਰ ਉਸ ਤੋਂ ਬਾਅਦ ਵੀ ਸਰ अच्छे स्टूडेंट ਨੇ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ ਸਰ ਮਨ ਲੱਗਦਾ ਉਹਨਾਂ ਨੂੰ ਹੀ ਵੀਜ਼ਾ ਮਿਲੂਗਾ ਤੁਹਾਡੇ ਕੋਲ ਫੰਡਸ ਰੈਡੀ ਹੈਗੇ ਆ ਤੁਹਾਡੀ ਜਿਵੇਂ ਸਰ ਨੇ ਕਿਹਾ ਹੁਣ ਤੁਹਾਡੇ 6.5 ਬੈਂਡ ਹੈਗੇ ਆ ਤਾਂ ਹੀ ਤੁਸੀਂ ਆਸਟ੍ਰੇਲੀਆ ਦਾ ਜਿਹੜਾ ਹੈ ਵੀਜ਼ਾ ਲੈ ਸਕਦੇ ਹੋ ਸਰ ਹੋਰ ਜਿਹੜਾ ਕੋਈ ਆਸਟ੍ਰੇਲੀਆ ਸਟਡੀ ਵੀਜ਼ਾ ਲੈਣਾ ਚਾਹੁੰਦਾ ਉਹਨਾਂ ਨੂੰ ਕੋਈ ਤੁਸੀਂ ਹੋਰ ਦੱਸਣਾ ਚਾਹੋ ਕੋਈ ਆਪਣੇ ਵੱਲੋਂ ਕੋਈ ਉਹਨਾਂ ਨੂੰ ਗਾਈਡ ਕਰਨਾ ਚਾਹੋ ਡੈਫੀਨਿਟਲੀ ਜੀ ਗੈਪ ਨਾ ਪਾਓ ਆਪਣਾ ਗੈਪ ਗੈਪ ਨਹੀਂ ਜਦ ਵਰਕ ਕਰੇਗਾ ਅਗਰ ਤੁਸੀਂ ਫ फेब्रुवारी ਜਾਂ ਜੁਲਾਈ 2025 ਦਾ ਮੂਡ ਬਣਾਇਆ कि जी मेरे पेरेंट्स को फाइनेशियल यू नो अरेंज हो जाएंगे मैं जुलाई 2025 जाना फाइव जाए और ट्वेंटी ट्वेंटी फोर पास आउट है इस टाइम कोई यूनिवर्सिटी ज्वाइन कर लो hmm. यूनिवर्सिटी ज्वाइन सिर्फ ज्वाइनिंग वास्ते नहीं समेस्टर वन के दे एग्जाम देने समेसर टू के दे एग्जाम देने सो hmm. so, मेरे कहने का मतलब है कोशिश करो गैप ना पाओ अगर तुम कुछ होर कर रहे हो भी अपना पूरा रिकॉर्ड से लिया सो hmm. so, गैप इज़ वट विल हेल्प यू आउट ਕਿਉਂਕਿ ਹੁਣ ਤੁਹਾਨੂੰ ਪਤਾ ਜਿਹੜਾ ਬੱਚਾ ਪਹਿਲੇ ਉੱਥੇ ਟੂਰਿਸਟ ਵੀza ਜਾ ਕੇ ਆਪਣਾ ਸਟੂਡੈਂਟ ਵੀza ਕਨਵਰਟ ਕਰ ਉਹ ਵੀ ਬੰਦ ਹੋ ਚੁੱਕਾ ਹੈ। ਸੈਕੰਡ ਨਿਊਜ਼ ਜਿਹੜੇ ਬੱਚਾ ਨੂੰ ਮੈਂ ਸ਼ੇਅਰ ਕਰਨਾ ਚਾਹੂੰਗਾ ਇਜ਼ ਦੀ ਐਮਬੈਸੀ ਫੀਸ। ਆਸਟ੍ਰੇਲੀਆ ਦੀ ਸਭ ਤੋਂ ਹਾਈਐਸਟ ਐਮਬੈਸੀ ਫੀਸ ਹੈ। ਇਹਨਾਂ ਨੇ ਪਿੱਛੇ ਰਿਵਾਈਜ਼ ਕੀਤੀ ਸੀ ਅੱਜ ਦੀ ਡੇਟ ਜਿਹੜੀ ਐਮਬੈਸੀ ਫੀਸ ਹੈ 1600 ਡਾਲਰ ਹੈ। ਸੋ ਅਗਰ ਤੁਸੀਂ ਐਮਬੈਸੀ ਫੀਸ 1600 ਡਾਲਰ ਵਿਚ ਇਸ ਰਫਲੀ ਅਬਾਊਟ 90000 ਟੂ 1 ਲੱਖ ਰੁਪੀਏ ਦੇ ਵਿੱਚ ਭਰਨੀ ਹੈ ਤੇ ਜੇਨੂਅਲ ਡਾਕੂਮੈਂਟੇਸ਼ਨ ਨਾਲ ਪਰੋ ਕਿਉਂਕਿ ਅਗਰ ਤੁਸੀਂ ਕੋਈ ਗਲ ਡਾਕੂਮੈਂਟੇਸ਼ਨ ਲਾ ਲਗਾ ਕੇ ਫੀਸ ਵਰਦੇ ਹੋ ਆ ਅਪਲਾਈ ਕਰਦੇ ਹੋ ਜੇ ਰਿਫਿਊਜ਼ ਹੁੰਦਾ ਤੁਹਾਡੇ 1 ਲੱਖ ਰੁਪਏ ਸਿੱਧਾ ਤੁਸੀਂ ਲਾਸ ਤੇ ਜਾਂਦੇ ਹੋ ਤੇ ਸਰ ਜਿਵੇਂ ਫੀਸ ਵਧੀ ਆ ਪਿੱਛੇ ਪਹਿਲਾਂ ਫੀਸ ਵਧ ਜਾਂਦੀ ਹੈ ਕਾਫੀ ਜ਼ਿਆਦੀ ਐਂਬੈਸੀ ਫੀਸ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਇਹਨਾਂ ਨੇ ਕੈਪਿੰਗ ਕਰਤੀ ਹੈ ਨਾ ਇਹ ਇਸ ਤੋਂ ਕੀ ਇਸ ਦੌਰਾਨ ਜਦੋਂ ਫੀਸ ਵਧਣ ਦੌਰਾਨ ਤੇ ਅੱਜ ਤੱਕ ਦਾ ਕੋਈ ਵੀਜ਼ਾ ਸਕਸੈਸ ਰੇਟ ਵਧਿਆ ਹੈ ਵੀ ਵੀਜ਼ੇ ਆਉਣੇ ਜਿਵੇਂ ਤੁਸੀਂ ਹੁਣੇ ਗਿਆ ਵੀ ਥੋੜੇ ਜਿਆਦੇ ਵਧਿਆ ਹੋਇਆ ਪਹਿਲਾਂ ਦੇ ਮੁਕਾਬਲੇ ਡੈਫੀਨਿਟਲੀ ਜੀ ਮੈਂ ਮੇਰੇ ਕੋਲ ਜਿਹੜੀ ਫਿਗਰ ਮੈਂ ਪੜ੍ਹੀ ਸੀ ਜੁਲਾਈ ਦੀ ਅੱਜ ਦੈਟ ਵਾਸ ਰਫਲੀ ਅਬਾਊਟ 80 ਪਰਸੈਂਟ ਅਪਰੂਵਲ ਰੇਟ ਸੀਗੀ ਸੋ ਤੁਹਾਡਾ ਅਪਰੂਵਲ ਰੇਟ ਵਧ ਰਿਹਾ ਹੈ ਆਸਟ੍ਰੇਲੀਆ ਬੜਾ ਕਲੀਅਰ ਵਰਡਸ ਅੰਦਰ ਕਹਿ ਰਿਹਾ ਜੀ ਸਾਡੇ ਕੋਲ ਸਿਰਫ ਜੈਨੂਨ ਸਟੂਡੈਂਟ ਆ ਜਿਹੜੇ ਕਿ ਆ ਕੇ ਅਗਰ ਬੈਚਲਰ ਡਿਗਰੀ ਪੜਨ ਪੜਨਾ ਚਾਹ ਰਹੇ ਆ ਤੇ ਬੈਚਲਰ ਡਿਗਰੀ ਚ ਅੱਗੇ ਕੰਟੀਨਿਊ ਕਰਨ ਹੋ ਕੀ ਰਿਹਾ ਸੀ ਜਿਹੜੇ ਬੱਚੇ ਬੈਚਲਰ ਡਿਗਰੀ ਕੇ ਸੋ ਡਿਪਲੋਮਾ ਚ ਕਨਵਰਟ ਕਰ ਗਏ ਸੀ ਬਟ ਆਧੀ ਡੇਟ ਜਿਹੜੇ ਬੱਚੇ ਆਲਰੇਡੀ ਬੈਚਲਰ ਡਿਗਰੀ ਜਾ ਕੇ ਔਰ ਜਾ ਕੇ ਡਿਪਲੋਮਾ ਚ ਕਨਵਰਟ ਕਰਕੇ ਡਿਪਲੋਮਾ ਪੜ ਰਹੇ ਆ ਜਦੋਂ ਵੀਜ਼ਾ ਐਕਸਟੈਂਡ ਕਰਨਗੇ ਵੀਜ਼ਾ ਦੇ ਚਾਂਸਸ ਉਹਨਾਂ ਦੇ ਕਾਫੀ ਖਰਾਬ ਹੈ ਕਿਉਂਕਿ ਆਨਸ਼ੋਰ ਵੀ ਕਾਫੀ ਰਿਫਿਊਜ਼ਲ ਦਿੱਤੀ ਇਹਨਾਂ ਨੇ ਸੋ ਕਹਿੰਦਾ ਮਤਲਬ ਹੈਗਾ ਤੁਸੀਂ ਪ੍ਰੋਗਰੈਸ ਕਰਨਾ ਚਾਹੁੰਦੇ ਹੋ ਜੇ ਤੁਸੀਂ ਬੈਚਲਰ ਡਿਗਰੀ ਚ ਗਏ ਹੋ ਮਾਸਟਰ ਡਿਗਰੀ ਆਪਣੀ ਐਕਸਟੈਂਸ਼ਨ ਪਾਓਗੇ ਵੀਜ਼ਾ ਲਈ ਤਾਂ ਤੁਹਾਨੂੰ ਡੈਫੀਨਿਟਲੀ ਗ੍ਰਾਂਟ ਦੇਣਗੇ ਬਟ ਅਗਰ ਬੈਚਲਰ ਡਿਗਰੀ ਜਾ ਕੇ ਅਗਰ ਤੁਸੀਂ ਅ ਅਪਲਾਈ ਕਰੋਗੇ ਡਿਪਲੋਮਾ ਲਈ ਚਾਹੇ ਤੁਸੀਂ ਔਨਸ਼ੋਰ ਹੋ ਵੀਜ਼ਾ ਰਿਫਿਊਜ਼ਲ ਦੇ ਚਾਂਸਸ ਹੈ ਐਂ ਦੇਖੇ ਵੀ ਹੈਗੇ ਐਂਡ ਲੇਟਲੀ ਜਿਹੜੇ ਬੱਚੇ 485C ਦੇ ਪਾਰਟ ਪੋਸਟ ਸਟਡੀ ਵਰਕ ਦੇ ਵਿੱਚ ਜਿਨ੍ਹਾਂ ਦਾ ਪੋਸਟ ਸਟਡੀ ਵਰਕ ਖਤਮ ਹੋ ਰਿਹਾ ਸੀ ਉਹਨਾਂ ਨੂੰ ਵੀ ਡਿਨਾਈ ਕਰਦਾ ਉਹ ਵੀ ਅੱਗੇ ਆਪਣਾ ਸਟੂਡੈਂਟ ਵੀਜ਼ਾ ਨਹੀਂ ਪਾ ਸਕਦੇ ਪਹਿਲੇ ਕੀ ਹੁੰਦਾ ਤੁਸੀਂ ਬੈਚਲਰ ਡਿਗਰੀ ਕਰਦੇ ਸੀ 2 ਸਾਲ ਦੇ ਪੋਸਟ ਡੀ ਵਰਕ ਚ ਆ ਕੇ ਉਸ ਤੋਂ ਬਾਅਦ ਅਗਰ ਤੁਹਾਡਾ ਪਰਮਨੈਂਟ ਰੈ residency ਨਹੀਂ ਮਹੁੰਦੀ ਤੁਸੀਂ ਦੁਬਾਰਾ ਸਟੂਡੈਂਟ ਵੀਜ਼ਾ ਪਾ ਲੈਂਦੇ ਸੀਗੇ ਸੋ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੂੰਗਾ ਜਨਰਲੀ ਤੁਸੀਂ ਜਾ ਕੇ ਪੜੋ ਆਪਣਾ ਪੋਸਟ ਡੀ ਵਰਕ ਕੰਪਲੀਟ ਕਰੋ ਔਰ ਪੋਸਟ ਸਟਡੀ ਵਰਕ ਦੇ ਵੀ ਤੁਸੀਂ ਐਲੀਜੀਬਿਲਟੀ ਆਪਣੀ ਕੰਪਲੀਟ ਕਰੋ ਫॉर ਪਰਮਨੈਂਟ ਰੈ residency ਸੋ ਪਾਥਵੇ ਟੂ ਪਰਮਨੈਂਟ ਰੈ residency ਜ਼ਰੂਰ ਤੁਸੀਂ ਚੈੱਕ ਕਰੋ ਹੂੰ ਬਿਲਕੁਲ ਜੇਕਰ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਜਿਵੇਂ ਸਰਨੇ ਕਹੇ ਤਕਰੀਬਨ 80% ਅਪਰੂਵਲ ਰੇਟ ਵਧਿਆ ਹੈ ਪਰ ਨਾਲ ਦੇ ਨਾਲ ਕੈਪਿੰਗ ਵੀ ਆਉਣਾ ਹੈ 40% ਸਟੂਡੈਂਟ ਨੂੰ ਵੀਜ਼ਾ ਮਿਲੂਗਾ ਅਚੀ ਪ੍ਰੋਫਾਈਲ ਅਪਲਵਿੰਦਰ ਜੀ ਮੈਂ ਥੋੜਾ ਇੱਥੇ ਤੁਹਾਨੂੰ ਥੋੜਾ ਜਿਹਾ ਕਹਿਣਾ ਚਾਹੂੰਗਾ ਵੀਜ਼ਾ 80% ਮਿਲੇਗਾ ਸਿਰਫ ਇਨਰੋਲਮੈਂਟ ਦੀ ਕੈਪ ਲੱਗੀ ਹੈ ਮਤਲਬ ਯੂਨੀਵਰਸਿਟੀ ਤੁਹਾਨੂੰ ਸੀਟ ਨਹੀਂ ਦੇ ਪਾਏ ਹਾਂ ਉਹ ਸੇਮ ਹੀ ਹੋ ਗਿਆ ਵੀ ਜਦੋਂ ਇਨਰੋਲਮੈਂਟਰੀ ਹੋ ਗਈ ਤਾਂ ਵੀਜ਼ਾ ਵੀ ਉਸ ਸਮੇਂ ਨਾਲ ਘਟਾ ਹੋਊਗਾ ਨਾ ਹਾਂਜੀ ਹੈਨਾ ਤੇ ਬਿਲਕੁਲ ਜਿਵੇਂ ਸਰ ਨੇ ਕਿਹਾ ਕਿ ਜਿਹੜੇ ਸਟੂਡੈਂਟ ਦੀ ਇਨਵੋਲਵਮੈਂਟ ਹੋਗੀ ਉਸ ਦਾ ਜਿਹੜਾ ਅਪਰੂਵਲ ਜਿਹੜਾ ਅਪਰੂਵਲ ਰੇਟ ਹੈ ਉਹ ਜ਼ਰੂਰ ਵਧਿਆ 80% ਤੋਂ ਉੱਪਰ ਹੈ ਪਰ ਨਾਲ ਦੀ ਨਾਲ ਜਿਹੜੀ ਯੂਨੀਵਰਸਿਟੀਆਂ ਨੇ ਉਹ ਐਂਟਰਟੇਨਮੈਂਟ ਦੀ ਘੱਟ ਸਟੂਡੈਂਟ ਨੂੰ ਕਰਨੀ ਹੈ ਯਾਨੀ ਕਿ 100% ਜਿਹੜਾ ਗੱਲ ਕਰ ਰਹੇ ਆ ਆਪਾਂ ਜੇ 100 ਸਟੂਡੈਂਟ 2019 ਚ ਗਿਆ ਤਾਂ ਇਸ ਸਾਲ ਉਹਨਾਂ ਨੇ ਸਿਰਫ 2025 ਚ ਸਿਰਫ ਹੈਗੇ ਆ 40 ਸਟੂਡੈਂਟ ਲੈਣੇ ਆ ਨਾ ਸਰ ਤੇ ਇਸ ਕਰਕੇ ਆਪਣੀ ਜਲਦੀ ਤੁਸੀਂ ਆਪਣਾ ਜੇ ਅੱਛੀ ਪ੍ਰੋਫਾਈਲ ਵਾਲੇ ਸਟੂਡੈਂਟ ਨੇ ਤੁਹਾਡੇ ਕੋਲ ਫੰਡਸ ਰੈਡੀ ਨੇ ਤੇ ਤੁਸੀਂ ਪੜ੍ਹਾਈ ਵਧੀਆ ਤਰੀਕੇ ਨਾਲ ਕੀਤੀ ਹੈ ਜੈਨੂਇਨ ਡਾਕੂਮੈਂਟਸ ਨੇ ਤਾਂ ਤੁਸੀਂ ਚਾਵਲਾ ਸਰ ਨੂੰ ਮਿਲ ਸਕਦੇ ਹੋ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਮਿਲੋ 25 ਤਰੀਕ ਨੂੰ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ ਨਹੀਂ ਸਰ ਥਿਸ ਆ ਕਮਿੰਗ ਸੈਟਰਡੇ ਤੇ ਇਹ ਜਿਹੜੇ ਵੀ ਸਟੂਡੈਂਟ ਨੇ ਜਿਹੜੇ ਕੋਈ ਅੰਮ੍ਰਿਤਸਰ ਤੋਂ ਹੈਗੇ ਆ ਕਾਫੀ ਦੂਰ ਪੈ ਜਾਂਦਾ ਉਹਨਾਂ ਨੂੰ ਚੰਡੀਗੜ੍ਹ ਤਾਂ ਕਮਿੰਗ ਸੈਟਰਡੇ ਜਿਹੜਾ ਆ ਰਿਹਾ ਹੈ ਤਕਰੀਬਨ 10 ਤਰੀਕ ਨੂੰ 10 ਅਗਸਤ ਨੂੰ ਚਾਵਲਾ ਸਰ ਅੰਮ੍ਰਿਤਸਰ ਦੇ ਵਿੱਚ ਮਿਲਣਗੇ ਤੁਸੀਂ ਉੱਥੇ ਵੀ ਇਹਨਾਂ ਨੂੰ ਮਿਲ ਸਕਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਹੈ ਅਪਾਇੰਟਮੈਂਟ ਲੈ ਸਕਦੇ ਹੋ ਆਪਣੀ ਬੁੱਕ ਕਰਾ ਸਕਦੇ ਹੋ ਕਿ ਕਿੰਨੇ ਵਜੇ ਤੁਸੀਂ ਆਉਣਾ ਟਾਈਮ ਕਨਫਰਮ ਕਰ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ